ਆਹ ਜ਼ਿੰਦਗੀ ਵਿੱਚ ਯਾਦ ਰੱਖਿਓ ਸਾਧ ਸੰਗਤ, ਅਸੀਂ ਭੁਲੇਖਾ ਖਾ ਜਾਂਦੇ ਹਾਂ, ਗ੍ਰੰਥੀ ਕਿਉਂ ਨਹੀਂ ਅਰਦਾਸ ਕਰੇਗਾ, ਸਾਡੇ ਘਰੋਂ ਤਾਂ ਡਾਲੀ ਕਰਦਾ, ਅਸੀਂ ਤਾਂ ਇਹਨੂੰ ਪੈਸੇ ਦੇਈਦੇ ਨੇ, ਕਿਉਂ ਨਹੀਂ ਮੰਨੇਗਾ? ਜੇ ਤੁਸੀਂ ਗੁਰੂ ਘਰ ਦੇ ਗ੍ਰੰਥੀ ਨੂੰ ਇਕੱਲਾ ਓਏ ਬਾਬਾ ਕਹਿ ਕੇ ਸਮਝਣਾ, ਮਾਫ਼ ਕਰਿਓ, ਉਹ ਤੁਹਾਡੀ ਤਨਖਾਹ ਪੈਸਿਆਂ ਦਾ ਮੁਥਾਜ ਕਰਕੇ ਤੁਹਾਡਾ ਕਹਿਣਾ ਤਾਂ ਮੰਨ ਲਏਗਾ, ਪਰ ਸੱਜਣੋ ਦੀ ਕੀਤੀ ਅਰਦਾਸ ਪਰਵਾਨ ਨਹੀਂ ਹੋਣੀ। ਇਹ ਜਿੱਦਣ ਕਰਾਉਣ ਵਾਲਾ ਭਾਵਨਾ ਨਾਲ ਜਾਵੇ, ਕਰਨ ਵਾਲੇ ਦੇ ਅੰਦਰ ਪ੍ਰੇਮ ਪੈਦਾ ਹੋਵੇ, ਉੱਦਣ ਅਰਦਾਸ ਕੀਤੀ ਪਰਵਾਨ ਹੁੰਦੀ ਹੈ। ਜੇ ਚਿੱਤ ਵਿੱਚ ਇਹ ਰੋਹਬ ਹੈ ਨਾ, ਬਾਬੇ ਨੂੰ ਅਸੀਂ ਪੈਸੇ ਦਿੰਦੇ ਹਾਂ, ਗ੍ਰੰਥੀ ਤਾਂ ਸਾਡਾ ਹੀ ਹੈ। ਸਾਧ ਸੰਗਤ, ਜਿੰਨੀ ਦੇਰ ਤੁਸੀਂ ਗ੍ਰੰਥੀ ਦਾ ਸਤਿਕਾਰ ਨਹੀਂ ਕਰੋਗੇ, ਉੱਨੀ ਦੇਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਨਹੀਂ ਮਿਲੇਗਾ। ਇਹ ਯਾਦ ਰੱਖਿਓ, ਗ੍ਰੰਥੀ ਵੀ ਗੁਰੂ ਦਾ ਸੇਵਕ ਬਣ ਕੇ ਸੇਵਾ ਕਰੇ, ਪਰ ਸੰਗਤ ਵਿੱਚੋਂ ਵੀ ਅਰਦਾਸ ਕਰਾਉਣ ਵਾਲੇ ਗ੍ਰੰਥੀ ਨੂੰ ਗੁਰੂ ਦਾ ਉਹ ਵਜ਼ੀਰ ਮੰਨਣ, ਜਿਹਨੂੰ ਆਪਾਂ ਕਹਿੰਦੇ ਵਜ਼ੀਰ ਆ ਜੀ ਗੁਰੂ ਦਾ, ਪਰ ਆਪਾਂ ਸਤਿਕਾਰ ਨਹੀਂ ਕਰਦੇ। ਸਾਧ ਸੰਗਤ, ਜਦੋਂ ਸਤਿਕਾਰ ਕਰਨ ਲੱਗੇ ਉਦੋਂ ਬਹੁਤ ਕੁਝ ਮਿਲਦਾ। ਇੱਕ ਥਾਂ 'ਤੇ ਅਸੀਂ ਮਹਾਂਪੁਰਸ਼ਾਂ ਨਾਲ ਰੁਕੇ ਹੋਏ ਸੀ, ਦੀਵਾਨ ਦੋ ਤਿੰਨ ਦਿਨ ਦੇ ਸੀ, ਤਾਂ ਸਾਧ ਸੰਗਤ ਉਹ ਗੁਰਦੁਆਰੇ ਦਾ ਜਿਹੜਾ ਪ੍ਰਬੰਧਕ ਕੋਈ ਪ੍ਰਧਾਨ ਹੋਣਾ ਆਗੂ ਹੋਏਗਾ ਕੋਈ, ਉਹ ਦੁਪਹਿਰੇ ਲੱਭਦਾ ਫਿਰੇ, ਥੱਲਿਓਂ ਆਵਾਜ਼ਾਂ ਮਾਰੇ, ਬਾਬਾ ਜੀ ਦੀ ਰਿਹਾਇਸ਼ ਉੱਪਰ ਸੀ ਜਿਹੜੇ ਗ੍ਰੰਥੀ ਸੀ, ਥੱਲਿਓਂ ਆਵਾਜ਼ ਮਾਰ ਕੇ ਪਤਾ ਕੀ ਕਹਿਣਾ, ਉਹ ਬਾਬਾ, ਉਹ ਬਾਬਾ। ਉਹ ਮਹਾਂਪੁਰਸ਼ ਕਹਿੰਦੇ ਵੀ ਇਹ ਕਿਹਨੂੰ ਹੱਕਾ ਮਾਰਦਾ? ਸੇਵਾਦਾਰ ਨੇ ਵੇਖਿਆ, ਕਹਿੰਦੇ ਜੀ ਉਹ ਗ੍ਰੰਥੀ ਨੂੰ ਲੱਭਦਾ, ਉਹਦੇ ਘਰ ਵਾਲੀ ਕਹਿੰਦੀ ਜੀ ਉਹ ਇੱਧਰ ਬਾਹਰ ਗਏ ਆ। ਕਹਿੰਦਾ ਬਾਬਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। ਇੰਨੇ ਨੂੰ ਉਹਨੂੰ ਵਿਚਾਰੇ ਨੂੰ ਪਤਾ ਲੱਗਾ, ਉਹ ਵੀ ਭੱਜਾ ਹੋਇਆ, ਵੀ ਸ਼ਾਇਦ ਪ੍ਰਧਾਨ ਜੀ ਬਹੁਤ ਗੁੱਸੇ ਵਿੱਚ ਹੈ। ਉਹ ਕਹਿੰਦਾ ਜੀ ਗਲਤੀ ਹੋ ਗਈ। ਤਾਂ ਸਾਧ ਸੰਗਤ, ਉਹ ਬੜੀ ਹੈਰਾਨਗੀ ਵਾਲੀ ਗੱਲ, ਇੰਨੇ ਨੂੰ ਮਹਾਂਪੁਰਸ਼ ਉੱਧਰੋਂ ਆ ਗਏ। ਮਹਾਂਪੁਰਸ਼ਾਂ ਨੂੰ ਵੇਖ ਕੇ ਫਿਰ ਉਹ ਪ੍ਰਧਾਨ ਪਤਾ ਕੀ ਬੋਲਿਆ, ਕਹਿੰਦਾ ਜੀ ਉਹ ਸਾਡੇ ਬਾਬਾ ਜੀ ਨਹੀਂ ਸੀ ਲੱਭਦੇ, ਮੈਂ ਇਹਨਾਂ ਨੂੰ ਲੱਭ ਰਿਹਾ ਸੀ। ਉਹ ਮਹਾਂਪੁਰਸ਼ ਹੱਸ ਕੇ ਕਹਿੰਦੇ, ਇੱਦਾਂ ਨਾ ਕਹੋ, ਜਿੱਦਾਂ ਪਹਿਲਾਂ ਹਾਕ ਮਾਰਦੇ ਸੀ ਨਾ ਆਵਾਜ਼ਾਂ ਮਾਰ, ਉੱਦਾਂ ਕਹੋ, ਓਏ ਬਾਬਾ ਕਹੋ। ਬਾਬਾ ਜੀ ਕਿਉਂ ਕਹਿੰਦਾ ਹੁਣ, ਓਏ ਬਾਬਾ ਕਹੋ। ਕਹਿੰਦਾ ਨਹੀਂ ਜੀ, ਗਲਤੀ ਹੋ ਗਈ। ਕਹਿੰਦੇ ਗਲਤੀ ਨਹੀਂ ਹੋ ਗਈ, ਤੈਨੂੰ ਪਤਾ ਬਾਬਾ ਬੁੱਢਾ ਸਾਹਿਬ ਦੀ ਜਗ੍ਹਾ 'ਤੇ ਬਹਿਣ ਵਾਲੇ ਨੂੰ ਤੂੰ ਓਏ ਬਾਬਾ ਕਹਿੰਦਾ? ਗ੍ਰੰਥੀ ਸਭ ਨਾਲੋਂ ਸ੍ਰੇਸ਼ਟ ਪਤਾ ਕਿਉਂ ਹੈ? ਇਹ ਗੱਲ ਯਾਦ ਰੱਖਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਸਾਰੇ ਮੱਥਾ ਟੇਕਦੇ ਹਾਂ, ਹਰ ਰੋਜ਼ ਆਪਾਂ ਦਰਸ਼ਨ ਕਰਦੇ, ਪਰ ਇੱਕ ਸਭ ਤੋਂ ਵੱਡੀ ਪਦਵੀ ਗ੍ਰੰਥੀ ਦੀ ਇਸ ਲਈ ਹੈ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਸਭ ਤੋਂ ਪਹਿਲਾਂ ਜਿਹੜੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੀਆਂ ਉਹ ਗ੍ਰੰਥੀ ਦੀਆਂ ਵੇਖਦੀਆਂ ਨੇ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਕੋਈ ਦਰਸ਼ਨ ਕਰਦਾ ਤਾਂ ਉਹ ਤਾਬਿਆ ਵਹਿ ਕੇ ਪ੍ਰਕਾਸ਼ ਕਰਨ ਵਾਲਾ ਗ੍ਰੰਥੀ ਕਰਦਾ। ਸਭ ਤੋਂ ਪਹਿਲਾਂ ਦਰਸ਼ਨ ਅੱਖਾਂ ਨਾਲ ਗ੍ਰੰਥੀ ਨੂੰ ਹੁੰਦੇ ਨੇ। ਸਾਧ ਸੰਗਤ, ਆਪਾਂ ਸਤਿਕਾਰ ਕਰੀਏ, ਭਾਵਨਾ ਰੱਖੀਏ, ਫਿਰ ਗੁਰੂ ਦੇ ਕੋਲੋਂ ਜੋ ਮੰਗੋਗੇ ਉਹ ਮਿਲਦਾ। ਖੈਰ, ਉਹ ਗ੍ਰੰਥੀ ਨੂੰ ਵੀ ਬਾਬਾ ਜੀ ਨੇ ਕਿਹਾ, ਕਹਿੰਦੇ ਭਾਈ ਆਪਣੀ ਪਦਵੀ ਪਛਾਣਿਆ ਕਰੋ, ਤੁਸੀਂ ਬਾਬਾ ਬੁੱਢਾ ਸਾਹਿਬ ਦੀ ਜਗ੍ਹਾ 'ਤੇ ਸੇਵਾ ਕਰਦੇ ਹੋ, ਦੋ ਦੋ ਰੋਟੀਆਂ ਦੀ ਡਾਲੀ ਦੇ ਮੁਥਾਜ ਨਹੀਂ ਹੋਈਦਾ। ਜੇ ਮੰਗਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੰਗੋ, ਤੁਹਾਨੂੰ ਕਿਸੇ ਅੱਗੇ ਹੱਥ ਨਹੀਂ ਜੋੜਨੇ ਪੈਣਗੇ।